ਸਤਿ ਸ਼੍ਰੀ ਅਕਾਲ, ਮੈਂ ਜਸੀ ਕੁਮਾਰ, ਤੁਸੀਂ ਦੇਖ ਰਹੇ ਹੋ ਸਾਡਾ ਟੀਵੀ। ਨਿਊਜ਼ੀਲੈਂਡ ਦੇ ਵਾਸੀਆਂ ਦਾ, ਜਿਹੜੇ ਕਿ ਨਿਊਜ਼ੀਲੈਂਡ ਦੇ ਨਾਗਰਿਕ ਨੇ, ਉਹਨਾਂ ਦਾ ਨਿਊਜ਼ੀਲੈਂਡ ਛੱਡ ਕੇ ਇਸ ਸਾਲ ਬਾਹਰ ਜਾਣ ਦਾ ਰਿਕਾਰਡ ਤੋੜ ਅੰਕੜਾ ਸਾਹਮਣੇ ਆਇਆ। ਮਾਰਚ 2024 ਤੱਕ ਦੇ ਸਾਲ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ 52,500 ਦੇ ਕਰੀਬ ਨਿਊਜ਼ੀਲੈਂਡ ਦੇ ਨਾਗਰਿਕ ਨਿਊਜ਼ੀਲੈਂਡ ਨੂੰ ਛੱਡ ਕੇ ਜਾ ਚੁੱਕੇ ਨੇ। ਇਹ ਸਾਹਮਣੇ ਆਇਆ ਸਟੇਟ ਐਂਡ ਜ਼ੈੱਡ ਦੀ ਤਾਜ਼ਾ ਰਿਪੋਰਟ ਦੇ ਵਿੱਚ। ਇੱਥੇ ਵੀ ਦੱਸ ਜਾਂਦੇ ਹਾਂ ਕਿ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ, ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਨਿਊਜ਼ੀਲੈਂਡ ਦੇ ਨਾਗਰਿਕ ਨਿਊਜ਼ੀਲੈਂਡ ਨੂੰ ਛੱਡ ਕੇ ਨਹੀਂ ਗਏ ਅਤੇ ਇਹ ਗਿਣਤੀ ਕਦੇ ਵੀ 50,000 ਤੋਂ ਪਾਰ ਨਹੀਂ ਗਈ। ਇਸ ਤੋਂ ਪਹਿਲਾਂ ਰਿਕਾਰਡ 2012 ਦੇ ਫਰਵਰੀ ਮਹੀਨੇ ਦੇ ਵਿੱਚ ਬਣਿਆ ਸੀ, ਜਦੋਂ 44,400 ਦੇ ਕਰੀਬ ਨਿਊਜ਼ੀਲੈਂਡ ਦੇ ਨਾਗਰਿਕ ਨਿਊਜ਼ੀਲੈਂਡ ਛੱਡ ਕੇ ਗਏ ਸਨ। ਉਸ ਤੋਂ ਬਾਅਦ ਇਸ ਸਾਲ ਇਹ ਰਿਕਾਰਡ ਤੋੜ ਸਾਬਿਤ ਹੋਇਆ। ਉਦੋਂ ਜੇਕਰ ਨਿਊਜ਼ੀਲੈਂਡ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗੱਲ ਕਰੀਏ ਜੋ ਕਿ ਨੋਨ ਰੈਜੀਡੈਂਟ ਨੇ, ਯਾਨੀ ਕਿ ਮਾਈਗ੍ਰੈਂਟਸ ਨੇ, ਉਹਨਾਂ ਦੀ ਗਿਣਤੀ 1,63,000 ਤੋਂ ਵੀ ਪਾਰ ਗਈ ਹੈ। ਇਹਨਾਂ ਦੇ ਵਿੱਚ ਜ਼ਿਆਦਾਤਰ ਇੰਡੀਆ, ਫਿਲੀਪੀਨਜ਼, ਚਾਈਨਾ ਅਤੇ ਫੀਜੀ ਤੋਂ ਲੋਕ ਨਿਊਜ਼ੀਲੈਂਡ ਦੇ ਵਿੱਚ ਪੁੱਜੇ ਨੇ।